ਮੈਂ ਤੁਹਾਨੂੰ ਕਿਸੇ ਵੀ ਗੱਲ ਲਈ ਮਜਬੂਰ ਨਹੀਂ ਕਰ ਰਹੀ ਵੀਰ ਜੀ। ਮੈਂ ਉਹਨੂੰ ਜਿੰਨਾ ਸਮਝਾ ਸਕਦੀ ਸੀ ਸਮਝਾਤਾ। ਅੱਗੇ ਹੁਣ ਉਹਦੀ ਆਪਣੀ ਜ਼ਿੰਦਗੀ ਹੈ, ਆਪਣੇ ਦਰਦ ਨੇ ਅਤੇ ਆਪਣੇ ਫੈਸਲੇ ਨੇ। ਇਹ ਕਿਹੋ ਜਿਹੀਆਂ ਗੱਲਾਂ ਕਰ ਰਹੀ ਹੈ? ਤੇਰੇ ਮਾਮਾ ਜੀ ਇੱਦਾਂ ਕਿਉਂ ਕਰਨਗੇ ਭਲਾ? ਬੇਕਾਰ ਦੀਆਂ ਗੱਲਾਂ ਨਾ ਕਰ, ਵਿਆਹ ਹੋ ਗਿਆ ਹੈ ਤੇਰਾ, ਰਮਨ ਨਾਲ ਖੁਸ਼ ਰਹਿ ਤੂੰ। ਸੁਣ ਗਿਆ ਨਾ, ਦੁਬਾਰਾ ਐਸੀ ਗੱਲ ਨਹੀਂ ਹੋਣੀ ਚਾਹੀਦੀ। ਰੱਖਦੀ ਹਾਂ ਮੈਂ ਫੋਨ। ਸਹੀ ਕੀਤਾ ਤੂੰ ਗੁਰਨਾਮ, ਮੈਂ ਵੀ ਐਸੇ ਬਾਰੇ ਗੱਲ ਕਰਨ ਆਇਆ ਸੀ ਇੱਥੇ। ਮੈਂ ਤਾਂ ਸਹੀ ਕੀਤਾ ਵੀਰ ਜੀ, ਪਰ ਤੁਸੀਂ ਅਸੀਸ ਨਾਲ ਵੀ ਮਾੜੀ ਕੀਤੀ। ਮੈਂ ਨਾ ਪਹਿਲੇ ਦਿਨ ਤੋਂ ਹੀ ਜਾਣਦੀ ਸੀ ਵੀਰ ਜੀ ਕਿ ਅਸੀਸ ਤੇ ਮਨਦੀਪ ਦਾ ਵਿਆਹ ਸਿਰਫ ਇੱਕ ਦਿਖਾਵਾ ਸੀ। ਮੈਨੂੰ ਪਤਾ ਸੀ ਕਿ ਇਹ ਵਿਆਹ ਸਿਰੇ ਨਹੀਂ ਚੜੂਗਾ, ਪਰ ਮੈਨੂੰ ਲੱਗਾ ਸੀ ਕਿ ਤੁਸੀਂ ਮਨਦੀਪ ਨੂੰ ਡਰਾ ਧਮਕਾ ਕੇ ਵਿਆਹ ਤੋਂ ਪਹਿਲਾਂ ਹੀ ਭਜਾ ਦਿਓਗੇ, ਪਰ ਬਰਾਤ ਬੁਲਾ ਕੇ ਇਸ ਤਰ੍ਹਾਂ ਸਾਰਿਆਂ ਦੇ ਸਾਹਮਣੇ ਉਹਨੂੰ ਗੋਲੀ ਮਰਵਾ ਦਿਓਗੇ। ਆ ਨਹੀਂ ਸੀ ਜਾਣਦੀ। ਬਹੁਤ ਮਾੜਾ ਕੀਤਾ ਤੁਸੀਂ ਵੀਰ ਜੀ। ਉਸ ਰਾਤ ਅਸੀਸ ਬਹੁਤ ਰੋਈ, ਪਰ ਉਸ ਤੋਂ ਵੀ ਕਿਤੇ ਵੱਧ ਮੈਂ ਰੋਈ ਸੀ। ਮੈਂ ਤਾਂ ਅਸੀਸ ਤੇ ਆਪਣੀ ਜ਼ਿੰਦਗੀ ਖਤਮ ਕਰਨ ਦਾ ਫੈਸਲਾ ਵੀ ਕਰ ਲਿਆ ਸੀ, ਪਰ ਆਪਣੇ ਹੱਥੋਂ ਆਪਣੀ ਧੀ ਦਾ ਗਲਾ ਘੁੱਟਣ ਦੀ ਹਿੰਮਤ ਨਹੀਂ ਪਈ ਮੇਰੀ। ਹੁਣ ਤਾਂ ਅਸੀਸ ਨੂੰ ਵੀ ਸਾਰਾ ਸੱਚ ਪਤਾ ਹੈ ਵੀਰ ਜੀ। ਮੈਂ ਤਾਂ ਚੁੱਪ ਰਹੀ ਵੀਰ ਜੀ, ਪਰ ਅਸੀਸ ਸ਼ਾਇਦ ਚੁੱਪ ਨਹੀਂ ਰਹੂਗੀ। ਮੈਂ ਅਸੀਸ ਨੂੰ ਹਮੇਸ਼ਾ ਆਪਣੀ ਧੀ ਸਮਝਿਆ ਕਰਨਾ, ਜਿੰਨਾ ਪਿਆਰ ਦੇ ਸਕਦਾ ਸੀ ਦਿੱਤਾ, ਕਦੇ ਸਖਤਾਈ ਨਹੀਂ ਕੀਤੀ ਉਹਦੇ ਨਾਲ। ਜੇ ਉਹ ਚੁੱਪ ਨਾ ਹੋਈ ਤਾਂ ਮੈਨੂੰ ਵੀ ਸਖਤਾਈ ਕਰਨੀ ਪਊਗੀ। ਕਰ ਲਿਓ ਵੀਰ ਜੀ, ਕਰ ਲਿਓ ਸਖਤਾਈ ਉਹਦੇ ਨਾਲ। ਮੈਂ ਜਾਣਦੀ ਹਾਂ ਕਿ ਤੁਸੀਂ ਕੁਛ ਵੀ ਕਰ ਸਕਦੇ ਹੋ। ਤੈਨੂੰ ਅੰਦਾਜ਼ਾ ਵੀ ਹੈ ਮੈਂ ਕਿਹੜੀ ਸਖਤਾਈ ਦੀ ਗੱਲ ਕਰਦਾ। ਮੈਂ ਜਾਣਦੀ ਹਾਂ ਕਿ ਤੁਸੀਂ ਕੁਛ ਵੀ ਕਰ ਸਕਦੇ ਹੋ। ਮੈਂ ਆ ਵੀ ਜਾਣਦੀ ਹਾਂ ਕਿ ਜੇ ਅਸੀਸ ਚੁੱਪ ਨਾ ਹੋਈ ਤਾਂ ਤੁਸੀਂ ਆਪਣੇ ਤਰੀਕੇ ਨਾਲ ਉਹਨੂੰ ਚੁੱਪ ਵੀ ਕਰਵਾ ਸਕਦੇ ਹੋ। ਫਿਰ ਆ ਗੱਲ ਉਹਨੂੰ ਵੀ ਸਮਝਾ, ਕਹਿ ਉਹਨੂੰ ਪਿਛਲਾ ਭੁੱਲ ਕੇ ਅੱਗੇ ਵਧੇ। ਰਮਨ ਵੀ ਬਥੇਰਾ ਚੰਗਾ ਮੁੰਡਾ ਹੈ।
ਤੁਸੀਂ ਸਹੀ ਕਹਿ ਰਹੇ ਹੋ ਵੀਰ ਜੀ, ਰਮਨ ਬਹੁਤ ਚੰਗਾ ਮੁੰਡਾ ਹੈ, ਪਰ ਉਹ ਅਸੀਸ ਦੀ ਪਸੰਦ ਦਾ ਨਹੀਂ। ਅਸੀਸ ਪਿਆਰ ਨਹੀਂ ਕਰਦੀ ਉਹਨੂੰ। ਮੈਨੂੰ ਉਹ ਸਭ ਕਰਨ ਲਈ ਮਜਬੂਰ ਨਾ ਕਰ ਗੁਰਨਾਮ, ਜੋ ਮੈਂ ਕਰਨਾ ਨਹੀਂ ਚਾਹੁੰਦਾ। ਮੈਂ ਤੁਹਾਨੂੰ ਕਿਸੇ ਵੀ ਗੱਲ ਲਈ ਮਜਬੂਰ ਨਹੀਂ ਕਰ ਰਹੀ ਵੀਰ ਜੀ। ਮੈਂ ਉਹਨੂੰ ਜਿੰਨਾ ਸਮਝਾ ਸਕਦੀ ਸੀ ਸਮਝਾਤਾ। ਅੱਗੇ ਹੁਣ ਉਹਦੀ ਆਪਣੀ ਜ਼ਿੰਦਗੀ ਹੈ, ਆਪਣੇ ਦਰਦ ਨੇ ਤੇ ਆਪਣੇ ਫੈਸਲੇ ਨੇ। ਮੈਂ ਉਹਨਾਂ ਵਿੱਚ ਕਿਉਂ ਆਵਾਂ? ਠੀਕ ਹੈ ਗੁਰਨਾਮ, ਹੁਣ ਮੈਂ ਇਹੋ ਮੰਨ ਕੇ ਚੱਲੂੰਗਾ ਤੂੰ ਵਿੱਚ ਹੈ ਨਹੀਂ ਗੀ।